ਬੀਤੇ ਸਾਲ ਨਰਮੇ ਦੀ ਖੜੀ ਫਸਲ ਨੂੰ ਚਿੱਟੇ ਤੇਲੇ ਨੇ ਬਰਬਾਦ ਕੀਤਾ ਸੀ। ਇਸ ਦੇ ਚਲਦੇ ਲੱਖਾਂ ਏਕੜ ਨਰਮੇ ਦੀ ਫਸਲ ਤਬਾਹ ਹੋਈ ਸੀ। ਕਿਸਾਨਾਂ ਸਿਰ ਕਰਜ਼ਾ ਚੜ੍ਹਿਆ ਅਤੇ ਕਿਸਾਨ ਖੁਦਕੁਸ਼ੀਆਂ ਦੀ ਰਾਹ ਤੁਰਿਆ। ਹੁਣ ਇਹੀ ਖਤਰਾ ਕਣਕ ਦੀ ਫਸਲ ਉੱਤੇ ਵੀ ਮੰਡਰਾ ਰਿਹਾ ਏ, ਬਲਕਿ ਕਣਕ ਦੀ ਫਸਲ ਉੱਤੇ ਤਾਂ ਕਾਲੇ ਤੇਲੇ ਨੇ ਹਮਲਾ ਕਰ ਵੀ ਦਿੱਤਾ ਏ। ਉੱਤੋਂ ਆਲਮ ਇਹ ਹੈ ਕਿ ਪੰਜਾਬ ਦਾ ਖੇਤੀਬਾੜੀ ਵਿਭਾਗ ਮੂਕ ਦਰਸ਼ਕ ਬਣਿਆ ਵੇਖ ਰਿਹਾ ਏ। ਖੇਤਾਂ ਵਿੱਚ ਖੜੀ ਕਣਕ ਦੀ ਲਹਿ ਲਹਾਉਂਦੀ ਫਸਲ ਨੂੰ ਵੇਖ ਕੇ ਇਸ ਵਾਰ ਪੰਜਾਬ ਦਾ ਕਿਸਾਨ ਕਾਫੀ ਖੁਸ਼ ਸੀ ਤੇ ਕਣਕ ਦਾ ਰਿਕਾਰਡ ਤੋੜ ਝਾੜ ਪੈਦਾ ਹੋਣ ਦੀ ਉਮੀਦ ਕਰ ਰਿਹਾ ਸੀ। ਪਰ ਜ਼ਿਲ੍ਹਾ ਸੰਗਰੂਰ ਦੇ ਆਸ ਪਾਸ ਦੇ ਇਲਾਕੇ ਦੇ ਕਿਸਾਨਾਂ ਦੀ ਇਹ ਖੁਸ਼ੀ ਜ਼ਿਆਦਾ ਦੇਰ ਤੱਕ ਨਹੀਂ ਰਹੀ, ਕਿਉਂਕਿ ਕਣਕ ਦੇ ਖੇਤਾਂ ਨੂੰ ਇੱਕ ਅਜੀਬ ਕਿਸਮ ਦੀ ਬਿਮਾਰੀ ਜਿਸ ਨੂੰ ਕਾਲਾ ਤੇਲਾ ਕਿਹਾ ਜਾਂਦਾ ਹੈ ਉਹਨੇ ਘੇਰ ਲਿਆ ਏ, ਜਿਸ ਕਰਕੇ ਖੇਤਾਂ ਦੇ ਵਿੱਚ ਖੜੀ ਕਣਕ ਦੀ ਫਸਲ ਸਮੇਂ ਤੋਂ ਪਹਿਲਾਂ ਨਾ ਸਿਰਫ ਖਰਾਬ ਹੋਣੀ ਸ਼ੁਰੂ ਹੋ ਗਈ ਹੈ ਬਲਕਿ ਉਸਦਾ ਪੌਦਾ ਕਮਜ਼ੋਰ ਹੋ ਕੇ ਡਿੱਗ ਵੀ ਰਿਹਾ ਏ। ਹਾਲਾਂਕਿ ਕਿਸਾਨਾਂ ਨੇ ਫਸਲ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕੀੜੇਮਾਰ ਦਵਾਈਆਂ ਦਾ ਛਿੜਕਾਅ ਵੀ ਕੀਤਾ ਏ, ਪਰ ਬਿਮਾਰੀ ਤੋਂ ਕਿਸਾਨਾਂ ਨੂੰ ਅਜੇ ਤੱਕ ਕੋਈ ਵੀ ਰਾਹਤ ਨਹੀਂ ਮਿਲੀ ਹੈ। ਇਸ ਅਜੀਬ ਕਿਸਮ ਦੀ ਬਿਮਾਰੀ ਦੇ ਚਲਦੇ ਨਾ ਸਿਰਫ ਕਿਸਾਨ ਕਣਕ ਦੇ ਝਾੜ ਦੇ ਘੱਟ ਹੋਣ ਦੀ ਉਮੀਦ ਪ੍ਰਗਟ ਕਰ ਰਹੇ ਨੇ, ਬਲਕਿ ਚਿੰਤਿਤ ਹੋਏ ਕਿਸਾਨ ਖੇਤੀਬਾੜੀ ਮਾਹਰਾਂ ਅਤੇ ਖੇਤੀਬਾੜੀ ਵਿਭਾਗ ਨੂੰ ਇਸ ਬਿਮਾਰੀ ਤੋਂ ਬਚਾਉਣ ਦੀ ਗੁਹਾਰ ਲਗਾ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਚੰਗੇ ਝਾੜ ਦੀ ਉਮੀਦ ਸੀ, ਪਰ ਹੁਣ ਝਾੜ ਘੱਟ ਹੋਏਗਾ ਤੇ ਉਹ ਬਰਬਾਦ ਹੋ ਜਾਣਗੇ। ਦੇਖੋ ਜੀ, ਜਿਹੜੀਆਂ ਕਿ ਖੇਤੀਬਾੜੀ ਮਾਹਰਾਂ ਦੀ ਗੱਲ ਕਰੀਏ, ਉਹ ਤਾਂ ਆਪਣੇ ਦਫ਼ਤਰਾਂ 'ਚ ਬੈਠ ਕੇ ਕਹਿੰਦੇ ਨੇ, ਜਿਹੜੀ ਜ਼ਮੀਨੀ ਹਕੀਕਤ ਉਹਦਾ ਕੁਛ ਹੋਰ ਹੈ। ਕਿਉਂਕਿ ਜਿਹੜਾ ਹੁਣ ਪੰਜਾਬ ਦਾ ਕਿਸਾਨ ਉਹਦਾ ਪਹਿਲਾਂ ਹੀ ਜਿਹੜੀ ਅਜੇ ਹੁਣ ਖੇਤੀ ਆ ਉਹ ਘਾਟੇ ਵੱਲ ਨੂੰ ਜਾ ਰਹੀ ਹੈ, ਹੈ ਨਾ ਜੀ। ਇਸ ਤਰ੍ਹਾਂ ਜਿਹੜਾ ਪਹਿਲਾਂ ਇਸ ਵਾਰ ਠੰਡ ਵੀ ਘੱਟ ਪਈ ਆ, ਉਦੋਂ ਹੀ ਝਾੜ ਘੱਟ ਨਿਕਲਣ ਦਾ ਸਾਨੂੰ ਡਰ ਸਤਾ ਰਿਹਾ। ਉਲਟਾ ਹੁਣ ਜਿਹੜਾ ਕਾਲਾ ਤੇਲਾ ਪੈ ਗਿਆ, ਜਿਹੜਾ ਕਿ ਇਹਦਾ ਰਸ ਚੂਸ ਰਿਹਾ, ਇਹਦੇ ਨਾਲ ਜਿਹੜਾ ਦਾਣਾ ਵੀ ਮਾਜੂ ਹੋਊਗਾ। ਜੇ ਦਾਣਾ ਮਾਜੂ ਹੋਊਗਾ ਤਾਂ ਕੁਦਰਤੀ ਗੱਲ ਹੈ ਕਿ ਉਹਦਾ ਝਾੜ ਘੱਟ ਹੋਊਗਾ। ਔਰ ਜਿਹੜੀਆਂ ਅਸੀਂ ਦਵਾਈਆਂ ਵਗੈਰਾ ਵੀ, ਜਿਸ ਤਰ੍ਹਾਂ ਕਿ ਹੁਣ ਨਰਮੇ ਦੇ ਉੱਪਰ ਵੀ ਦਵਾਈਆਂ ਜਿਹੜੀਆਂ ਪਹਿਲਾਂ ਲੋਕਾਂ ਨੇ ਪਾਈਆਂ ਨੇ, ਉਹ ਵੀ ਕੋਈ ਸਹੀ ਨਹੀਂ ਨਿਕਲੀ ਹੈਗੀਆਂ। ਸਾਨੂੰ ਇਹੀ ਡਰ ਸਤਾ ਰਿਹਾ ਕਿ ਲਿਆ ਕੇ ਅਸੀਂ ਪੈਸਟੀਸਾਈਡ ਮਹਿੰਗੇ ਭਾਅ ਦੇ ਛਿੜਕਦਾ ਰਹੇ ਹਾਂ ਜੀ। ਸਾਨੂੰ ਐਂ ਡਰ ਸਤਾਈ ਜਾਂਦਾ ਕਿ ਉਹ ਅਸਲੀ ਨੇ ਕਿ ਨਕਲੀ ਨੇ ਜੀ। ਅਸੀਂ ਸਰਕਾਰ ਤੋਂ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਸਰਕਾਰ ਜਿਹੜੀਆਂ ਇਹ ਦਵਾਈਆਂ ਵਗੈਰਾ ਨੇ ਇਹਨਾਂ ਦੀ ਖੁਦ ਆਪਣੇ ਤੌਰ 'ਤੇ ਜ਼ਿੰਮੇਵਾਰੀ ਲਵੇ। ਔਰ ਸਾਨੂੰ ਇਸ ਵਾਰ ਜਿਹੜਾ ਕਿਸਾਨ ਅਸੀਂ ਘਾਟੇ 'ਚ ਜਾ ਰਹੇ ਹਾਂ, ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਮੁਫ਼ਤ ਮੁਹੱਈਆ ਕਰਾਵੇ। ਉਧਰ ਹੱਥ ਤੇ ਹੱਥ ਰੱਖੀ ਬੈਠੇ ਖੇਤੀਬਾੜੀ ਅਧਿਕਾਰੀ ਵੀ ਬਿਮਾਰੀ ਲੱਗਣ ਦੀ ਗੱਲ ਨੂੰ ਤਾਂ ਮੰਨ ਰਹੇ ਨੇ, ਪਰ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੋਈ ਠੋਸ ਕਦਮ ਨਹੀਂ ਉਠਾ ਰਹੀ। ਅਸੀਂ ਚੌਕਸ ਹੈ ਵੀ ਉਹਦੀ ਗਿਣਤੀ ਕਿੰਨੀ ਕੁ ਜ਼ਿਆਦਾ ਸੀਰੀਅਸ 'ਤੇ ਆਉਂਦੀ ਹੈ ਜਾਂ ਕਾਲਾ ਤੇਲ ਹੈ। ਹਜੇ ਤੱਕ ਅਸੀਂ ਇੱਕਾ ਦੁੱਕਾ ਹੀ ਖੇਤ ਦੇਖੇ ਹੈ ਜਿੱਥੇ ਜ਼ਿਆਦਾ ਮਤਲਬ ਲੋੜ ਦੀ ਸਪਰੇ ਦੀ ਲੋੜ ਹੈ। ਜੇ ਕਿਤੇ ਬਾਰਿਸ਼ ਵਗੈਰਾ ਹੋ ਜੇ, ਹੋ ਸਕਦਾ ਉਹ ਆਪਣੇ ਆਪ ਕੰਟਰੋਲ ਹੋ ਜੇ, ਪਰ ਫਿਰ ਵੀ ਜੇ ਕਿਸਾਨ ਨੂੰ ਲੱਗਦਾ ਹੈ ਵੀ ਉਹਦੀ ਗਿਣਤੀ ਜ਼ਿਆਦਾ ਹੈ, ਤਾਂ ਉਹ ਜਿਹੜੀਆਂ ਸਿਫਾਰਸ਼ ਕੀਤੀਆਂ ਜ਼ਹਿਰਾਂ ਹੈ ਜਿਵੇਂ ਕਿ ਅਰਗੋਰ ਹੈ, ਕਨਫੀਡੋਰ ਹੈ, ਏਕਤਾਰ ਹੈ, ਉਹ ਸਪਰੇ ਕਰੇ। ਇਹਦੇ ਨਾਲੋਂ ਵੀ ਜ਼ਰੂਰੀ ਜਿਹੜਾ ਇੱਕ ਪੁਆਇੰਟ ਹੈ ਉਹ ਹੈਗਾ ਜੀ ਆਪਣੀ ਪੀਲੀ ਕੁੰਗੀ। ਪੀਲੀ ਕੁੰਗੀ ਮਹੀਨਾ ਸਵਾ ਮਹੀਨਾ ਹੋਗਾ ਜੀ। ਜਿਹੜੇ ਬਾਕੀ ਬਾਹਰਲੇ ਜਿਹੜੇ ਹੈ ਜਿਵੇਂ ਪਠਾਨਕੋਟਾ ਗੁਰਦਾਸਪੁਰ ਹੈ, ਉਹ ਉੱਥੇ ਆ ਚੁੱਕੇ, ਸਾਡੇ ਨਹੀਂ ਆਈ ਸੀ। ਪਰ ਸਾਰੇ ਮੇਰੀ ਹੁਣ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਹੁਣ ਸਮਾਂ ਆ ਗਿਆ, ਪੀਲੀ ਕੁੰਗੀ ਆ ਸਕਦੀ ਹੈ, ਉਹ ਆਪਦੇ ਖੇਤਾਂ ਵਿੱਚ ਜਾਣ। ਇਹਦੀ ਨਿਸ਼ਾਨੀ ਕੀ ਹੈ? ਜਦੋਂ ਆਪਾਂ ਪੱਤੇ ਨੂੰ ਹੱਥ 'ਚ ਫੜ ਕੇ ਮਤਲਬ ਹੱਥ ਮਸਲਦੇ ਹਾਂ ਤਾਂ ਹੱਥ ਨੂੰ ਰੰਗ ਲੱਗੂਗਾ। ਜੇ ਹੱਥ ਨੂੰ ਰੰਗ ਲੱਗਦਾ ਤਾਂ ਪੀਲੀ ਕੁੰਗੀ ਹੈ, ਜੇ ਪੱਤੇ ਦਾ ਰੰਗ ਵੈਸੇ ਪੀਲਾ ਫਿਰ ਪੀਲੀ ਕੁੰਗੀ ਨਹੀਂ, ਫਿਰ ਆਪਾਂ ਨੂੰ ਬਿਨਾਂ ਲੋੜ ਤੋਂ ਸਪਰੇ ਕਰਨ ਦੀ ਲੋੜ ਨਹੀਂ। ਜੇ ਹੈਗੀ ਹੈ ਤਾਂ ਸਾਡੇ ਕੋਲ ਦਵਾਈ ਮਹਿਕਮੇ ਕੋਲ ਹੈਗੀ ਹੈ, ਜਿਸ ਕਿਸਾਨ ਨੂੰ ਜ਼ਰੂਰਤ ਹੈ ਉਹ ਫਾਰਮ ਭਰ ਕੇ ਲੈ ਸਕਦਾ। ਜੇ ਜਲਦੀ ਹੀ ਖੇਤੀਬਾੜੀ ਵਿਭਾਗ ਨੇ ਕਣਕ ਦੀ ਫਸਲ ਨੂੰ ਪਈ ਬਿਮਾਰੀ ਤੋਂ ਛੁਟਕਾਰਾ ਨਾ ਦਿਵਾਇਆ ਤਾਂ ਨਾ ਸਿਰਫ ਪੰਜਾਬ ਦੇ ਵਿੱਚ ਕਣਕ ਦੇ ਉਤਪਾਦਨ ਉੱਤੇ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ, ਬਲਕਿ ਇੱਕ ਖਰਾਬ ਆਰਥਿਕਤਾ ਦਾ ਕਰਜ਼ੇ ਦੀ ਮਾਰ ਚੱਲ ਰਹੇ ਕਿਸਾਨ ਨੂੰ ਵੀ ਹੋਰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।